ਦੋਸਤੋ ਕਰਨ ਔਜਲੇ ਨੇ ਡਰੇਕ ਦਾ ਗਾਣਾ ਨੀਚੇ ਦਿਖਾ ਦਿੱਤਾ, ਹੈ ਨਾ, ਅਤੇ ਨਾਲ ਉਹਨੇ ਲਿਖਤਾ ਕਿ ਭੇਡਾਂ ਆਰ ਯੂ ਸੈਡ। ਤਾਂ ਤੁਹਾਨੂੰ ਵੀ ਪਤਾ ਦੋਸਤੋ ਡਰੇਕ ਦਾ ਲਿੰਕ ਕਿਸ ਕਲਾਕਾਰ ਨਾਲ ਜੋੜਿਆ ਜਾਂਦਾ ਵਾ ਅਤੇ ਕਿਹਦੇ ਨਾਲ ਉਸਦੀ ਕਲੈਬ ਦੀ ਵੇਟ ਹੋ ਰਹੀ ਹੈ ਬਹੁਤ ਜ਼ਿਆਦਾ। ਕਿਸ ਉੱਥੇ ਕਰਨ ਔਜਲੇ ਨੇ ਇੱਦਾਂ ਦਿਖਾਇਆ ਵਾ ਕਿ ਹਾਂ ਵੀ ਤੁਹਾਡਾ ਡਰੇਕ ਵੀ ਮੈਂ ਕੱਢ ਦਿੱਤਾ ਆਪਦੇ ਗਾਣੇ ਨਾਲ। ਉਸ ਤੋਂ ਬਾਅਦ ਕਰਨ ਔਜਲਾ ਕੀ ਕਹਿ ਰਿਹਾ ਤੁਸੀਂ ਆਪ ਹੀ ਦੇਖੋ। ਚਾਲ ਹੈ ਸਾਰਿਆਂ ਦੇ, ਹੋਪਫੁਲੀ ਸਾਰੇ ਠੀਕ ਠਾਕ ਹੋਵੋਗੇ। ਇੱਕ ਕੁਐਸਚਨ ਸੀਗਾ, ਬਹੁਤ ਜ਼ਿਆਦਾ ਸੀਰੀਅਸ ਕੁਐਸਚਨ ਸੀ, ਸਾਰੇ ਜਾਣੇ ਜ਼ਰੂਰ ਰਿਪਲਾਈ ਕਰਿਓ ਜੇ ਕਿਸੇ ਨੂੰ ਪਤਾ ਹੋਵੇ ਇਹਦੇ ਬਾਰੇ, ਕੋਈ ਜਾਣਕਾਰੀ ਹੋਵੇ। ਆਪਣੇ ਇੱਕ ਦੋ ਭਰਾ ਨੇ ਭੇਡਾਂ ਖਰੀਦਣੀਆਂ ਚਾਹੁੰਦੇ ਨੇ, ਜੇ ਕੋਈ ਵੇਚ ਰਿਹਾ ਤਾਂ ਜ਼ਰੂਰ ਦੱਸਿਓ ਮੇਰਾ, ਠੀਕ ਆ। ਨਾਲ ਦੋਸਤੋ ਕਰਨ ਉਹਦੇ ਨੇ ਥੱਲੇ ਲਿਖਿਆ ਐਨੀਵਨ, ਕਿ ਜਿਹੜਾ ਵੀ ਵੇਚ ਰਿਹਾ ਵਾ ਭੇਡਾਂ ਉਹ ਸਾਨੂੰ ਕੰਟੈਕਟ ਕਰੇ, ਅਸੀਂ ਖਰੀਦ ਲਾਂਗੇ। ਠੀਕ ਹੈ ਜੀ, ਵੀ ਹਾਂ ਵੀ ਜਿਹੜੇ ਪੇਡ ਕਮੈਂਟ ਕਰਦੇ ਨੇ, ਪੈਸੇ ਲੈ ਕੇ ਕਮੈਂਟ ਕਰਦੇ ਨੇ ਮਾੜੇ ਦੂਜੇ ਕਲਾਕਾਰਾਂ, ਜਿਵੇਂ ਕਰਨ ਔਜਲਾ ਦੇ ਕਮੈਂਟ ਕਰ ਰਹੇ ਨੇ, ਉਹਨਾਂ ਨੂੰ ਰਿਪਲਾਈ ਕੀਤਾ ਕਰਨ ਔਜਲਾ ਨੇ ਇੰਨਾ ਸਰਕੈਸਟਿਕ ਵੇ। ਅਤੇ ਦੋਸਤੋ ਅੱਜ ਦੀ ਵੀਡੀਓ ਵਿੱਚ ਇਹਨਾਂ ਦੇ, ਜੇ ਤੁਹਾਨੂੰ ਵੀਡੀਓ ਲੱਗੀ ਤਾਂ ਵੀਡੀਓ ਲਾਈਕ ਕਰਦਾ ਦੀ, ਹੋਰ ਨਾ ਵੀਡੀਓ ਦੇਖ ਲਈ ਸਾਡੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।